ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਆਓ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਡੇਰਾ ਬਾਬਾ ਗਿਆਨ ਦਾਸ ਜੀ ਮਹਾਰਾਜ ਪਿੰਡ ਗੋਬਿੰਦਗੜ੍ਹ ਜ਼ਿਲ੍ਹਾ ਲੁਧਿਆਣਾ, ਜਿੱਥੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਮੂਰਤੀ ਸਥਾਪਨਾ ਦਿਵਸ ਅਤੇ ਸ਼੍ਰੀ ਸ਼੍ਰੀ 108 ਮੰਤ ਕਰਤਾਰ ਦਾਸ ਜੀ ਯਾਦ ਨੂੰ ਤਾਜ਼ਾ ਕਰਦਿਆਂ ਸਲਾਨਾ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਅਸਥਾਨ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀਮਾਨ ਮਹੰਤ ਬੇਅੰਤ ਮੁਨੀ ਜੀ, ਸਮੂਹ ਨਗਰ ਪੰਚਾਇਤ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਵੱਖ ਵੱਖ ਮਹਾਂਪੁਰਸ਼ਾਂ ਵੱਲੋਂ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਹਨਾਂ ਸਮਾਗਮਾਂ ਮੌਕੇ ਮਹੰਤ ਅੰਮ੍ਰਿਤ ਮੁਨੀ ਜੀ ਮਾਨਸਾ, ਪ੍ਰੈਜੀਡੈਂਟ ਮਹੰਤ ਧੂਣੀ ਦਾਸ ਜੀ, ਸ਼੍ਰੀਮਾਨ ਸੇਵਾਦਾਸ ਜੀ ਕੋਟਫਤਾ, ਮਹੰਤ ਕਰਨਦਾਸ ਜੀ ਜੰਗਿਆਣਾ, ਮਹੰਤ ਕਮਲਦਾਸ ਜੀ ਜੈਤੋਂ, ਮਹੰਤ ਵਿਵੇਕਾਨੰਦ ਜੀ ਜੱਸੀ ਪੌਵਾਲੀ, ਮਹੰਤ ਦਮੋਦਰਦਾਸ ਜੀ ਨੜਾਲੀ, ਸ਼੍ਰੀ ਮਹੰਤ ਸਵਾਮੀ ਰਾਮਦਰਾਂ ਗਿਰ ਜੀ ਰਾਮਪੁਰਾ, ਸ਼੍ਰੀ ਮਹੰਤ ਗੋਪਾਲ ਗਿਰ ਜੀ ਕਲਸੀਆਂ, ਮਹੰਤ ਭਗਵਾਨ ਦਾਸ ਜੀ ਤਪਾ, ਮਹੰਤ ਰਮੇਸ਼ਰ ਮੁਨੀ ਜੀ ਸ਼ਾਸਤਰੀ ਬਧਾਤੇ, ਮਹੰਤ ਫੁਰਤੀਦਾਸ ਜੀ ਬਰਨਾਲਾ, ਮਹੰਤ ਰਾਮਦਾਸ ਜੀ ਚੱਠਾ, ਮਹੰਤ ਰੁੜਕੀਦਾਸ ਜੀ ਵੀਰਕਲਾਂ, ਮਹੰਤ ਸੁਖਦੇਵ ਮੁਨੀ ਜੀ ਸੰਘੇੜਾ, ਮਹੰਤ ਨਿਰਮਲਦਾਸ ਜੀ ਲੋਪੋ, ਮਹੰਤ ਉਦਕਰਨਦਾਸ ਜੀ ਸੈਦੋਕੇ, ਮਹੰਤ ਸਰਵਨਦਾਸ ਜੀ ਫਿਰੋਜ਼ਪੁਰ, ਮਹੰਤ ਗੰਗਾ ਰਾਮ ਜੀ ਕੋਠਾ ਗੁਰੂ, ਮਹੰਤ ਮਹਾਰਾਜਦਾਸ ਜੀ ਸੱਦੋਵਾਲ, ਮਹੰਤ ਸ਼ਾਮ ਮੁਨੀ ਜੀ ਸਹਿਬਾਜਪੁਰਾ, ਮਹੰਤ ਗੁਰਿੰਦਰਦਾਸ ਜੀ ਸਹਿਬਾਜਪੁਰਾ, ਮਹੰਤ ਆਤਮਾਨੰਦ ਜੀ ਕਠਾਲਾ, ਮਹੰਤ ਨੌਮੀਦਾਸ ਜੀ ਪੱਖੋ, ਮਹੰਤ ਗੁਰਮੇਲਦਾਸ ਜੀ ਬਰਨਾਲਾ, ਮਹੰਤ ਭਿਰਗੂਦਾਸ ਜੀ ਮੋਮ, ਮਹੰਤ ਰਿਸ਼ਵਦਾਸ ਜੀ ਮੋਮ, ਮਹੰਤ ਸੁਰੇਸ਼ਦਾਸ ਜੀ ਬਿਲਗਾ, ਮਹੰਤ ਨਰਾਇਣਦਾਸ ਜੀ ਘਨੌਰੀ, ਮਹੰਤ ਠਾਕੁਰਦਾਸ ਜੀ ਖੇੜੀ, ਮਹੰਤ ਪਵਨਦਾਸ ਜੀ ਸ਼ੇਰਪੁਰ, ਮਹੰਤ ਪ੍ਰੇਮਦਾਸ ਜੀ ਢਿਲਮਾ, ਮਹੰਤ ਸਤਜੁਗਦਾਸ ਜੀ ਚੋਟੀਆਂ, ਮਹੰਤ ਅਵਤਾਰਦਾਸ ਜੀ ਚੱਕਲੀ ਸ਼ੇਰ, ਮਹੰਤ ਅਰਜਨਦਾਸ ਜੀ ਮਹਿਤਾ, ਮਹੰਤ ਹੰਸਦਾਸ ਜੀ ਤਾਂਸਪੁਰਾ, ਮਹੰਤ ਕੇਸਰਦਾਸ ਜੀ ਅਹਿਮਦਪੁਰ, ਮਹੰਤ ਜੈ ਮੁਨੀ ਜੀ ਤਪਾ, ਮਹੰਤ ਸਤਨਾਮਦਾਸ ਜੀ ਬਧਰਾਵਾ, ਮਹੰਤ ਹਰਮਨਦਾਸ ਜੀ ਬਧਰਾਵਾ, ਮਹੰਤ ਦਰਬਾਰੀਦਾਸ ਜੀ ਨਸਾਣਾ, ਮਹੰਤ ਬਰਾਗਾਲਾ ਜੀ ਲੰਮਾ ਜੱਟਪੁਰਾ, ਮਹੰਤ ਰਵੀਪ੍ਰਕਾਸ਼ ਜੀ ਰਾਓਕੇ, ਮਹੰਤ ਸ਼ੁੱਧ ਮੁਨੀ ਜੀ ਚੂੜਚੱਕ, ਮਹੰਤ ਗੰਗਾ ਰਾਮ ਜੀ ਕੋਠਾ ਗੁਰੂ, ਮਹੰਤ ਈਸ਼ਵਰਦਾਸ ਜੀ ਫੱਤਾ ਮਾਲੋਕਾ, ਮਹੰਤ ਲਛਮਣਦਾਸ ਜੀ ਰਾਓਕੇ, ਮਹੰਤ ਕਮਲਦਾਸ ਜੀ ਢਿਲਮਾ, ਮਹੰਤ ਦਰਸ਼ਨਦਾਸ ਜੀ ਡੇਰਾ ਧੂਣੀਵਾਲ ਢਿਲਮਾ, ਮਹੰਤ ਗਿਆਨਦਾਸ ਜੀ ਸੇਵਰਾ, ਮਹੰਤ ਬੂਟੀਦਾਸ ਜੀ ਭੂਦਣ, ਮਹੰਤ ਪੂਰਨਦਾਸ ਜੀ ਬਲਾਡਾ, ਮਹੰਤ ਬਚਨਦਾਸ ਜੀ ਖਲਿਆਣ, ਮਹੰਤ ਜਸਵਿੰਦਰ ਗਿਰ ਜੀ ਧਮੋਟ, ਮਹੰਤ ਗਗਨਦੀਪ ਦਾਸ ਜੀ ਰੰਗੀਆਂ, ਮਹੰਤ ਗੁਰਨਾਮਦਾਸ ਜੀ ਜੌਲਾਂ, ਮਹੰਤ ਕ੍ਰਿਸ਼ਨ ਮੁਨੀ ਜੀ ਭੀਖੀ, ਮਹੰਤ ਦਰਸ਼ਨ ਮੁਨੀ ਜੀ ਭੀਖੀ, ਮਹੰਤ ਸੰਤ ਪ੍ਰਕਾਸ਼ ਜੀ ਭਾਣਾ, ਮਹੰਤ ਰਾਹੁਲ ਗਰਗ ਜੀ ਧਨੌਲਾ ਡੇਰਾ ਬਾਬਾ ਫੱਕਰ ਸ਼ਾਹ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ। ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਦੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ
ਵੇਖ ਕਰ ਤਿਆਂ ਕੀ ਵੇਖਦਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਹੋਈ ਕਿਸਮਤ ਬਣਨੇ ਨੂੰ ਇੱਥੇ ਇੱਕ ਵੀ ਪਲ ਨਹੀਂ ਲੱਗਦਾ ਤੂੰ ਖਾਕ ਦਾਤੇ ਦੇ ਚਰਨਾਂ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਤੂੰ ਖਾਕ ਦਾਤੇ ਦੇ ਚਰਨਾਂ ਦੀ ਮਸਤਕ ਨੂੰ ਲਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਕੱਢਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਕੱਢਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਬਾਬੇ ਨਾਨਕ ਜੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਜੀ ਤਸਵੀਰ ਵਸਾ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ ਇਸ ਦਰ ਤੇ ਆ
ਫਿਰ ਆਪੇ ਹੀ ਬਣ ਜਾਵੇਗੀ। ਜਿੱਦਾਂ ਵੀ ਤਕਦੀਰ ਤੇਰੀ ਫਿਰ ਆਪੇ ਹੀ ਬਣ ਜਾਵੇਗੀ। ਤੂੰ ਆਪਣੇ ਰੁੱਸੇ ਪ੍ਰੀਤਮ ਨੂੰ ਇੱਕ ਵਾਰ ਮਨਾ ਕੇ ਵੇਖ ਜਰਾ। ਦੁਨੀਆ ਤੋਂ ਕੁਝ ਖੱਟਣਾ ਏ, ਇਸ ਗੱਲ ਤੇ ਆ ਕੇ ਵੇਖ ਜਰਾ। ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਤਸਵੀਰ ਵਸਾ ਕੇ ਵੇਖ ਜਰਾ। ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ। ਜੇ ਤੂੰ ਦੁਨੀਆ ਤੋਂ ਕੁਝ ਕੱਟਣਾ ਏ। ਜਿਹੜੇ ਮਹਾਂਪੁਰਸ਼ ਇਸ ਧਰਤੀ ਤੇ ਆਉਂਦੇ ਹੈ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਇਸ ਧਰਤੀ ਨੂੰ ਵੀ ਪਾਵਨ ਕਰਦੇ ਹੈ। ਪਾਤਸ਼ਾਹ ਉਸ ਬਾਰੇ ਆਖਦੇ ਹੈ ਜਨਮ ਮਰਨ ਦੋਹੋਂ ਮੈਂ ਨਾਹੀਂ। ਕਹਿੰਦੇ ਮਹਾਂਪੁਰਸ਼ ਜਨਮ ਅਤੇ ਮਰਨ ਦੋਵਾਂ ਦੇ ਅੰਦਰ ਨਹੀਂ ਆਉਂਦੇ। ਉਹ ਇਸ ਸੰਸਾਰ ਨੂੰ ਜੀਓ ਦਾਨ ਦੇਣ ਭਗਤੀ ਜਿਉਣ ਦੇ ਲਈ ਜਿਸ ਚੀਜ਼ ਦੀ ਜ਼ਰੂਰਤ ਹੈ ਜੀਵਤ ਰਹਿਣ ਦੇ ਲਈ ਉਹਨਾਂ ਵਸਤੂਆਂ ਦਾ ਗਿਆਨ ਇਸ ਸੰਸਾਰ ਦੇ ਚੰਗੇ ਬੁਰੇ ਕਰਮਾਂ ਦੀ ਪਹਿਚਾਣ ਤੇ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਮਹਾਂਪੁਰਸ਼ ਧਰਤੀ ਤੇ ਪਵਿੱਤਰ ਆਤਮਾ ਆਇਆ ਕਰਦੀਆਂ ਸਮੇਂ ਸਮੇਂ ਦੇ ਨਾਲ। ਸੰਤ ਦੀ ਬੜੀ ਮਹਿਮਾ ਹੈ, ਬੜੀ ਵਡਿਆਈ ਹੈ। ਦੁਨੀਆ ਦਾ ਕੋਈ ਵੀ ਐਸਾ ਗ੍ਰੰਥ ਨਹੀਂ ਹੈ, ਐਸੀ ਮਤ ਨਹੀਂ ਹੈ ਜਿਸਨੇ ਮਹਾਂਪੁਰਸ਼ਾਂ ਦੀ ਮਹਿਮਾ, ਉਹਨਾਂ ਦੀ ਵਡਿਆਈ, ਉਹਨਾਂ ਦੀ ਉਸਤਤ ਨਾ ਕੀਤੀ ਹੋਵੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੇਕਰ ਅਸੀਂ ਪੁੱਛੀਏ
ਕਿ ਗੁਰੂ ਜੀ ਸੰਤਾਂ ਦੀ ਪਦਵੀ ਕੀ ਹੈ, ਸੰਤਾਂ ਦਾ ਅਹੁਦਾ ਕੀ ਹੈ। ਤੇ ਮੇਰੇ ਪਾਤਸ਼ਾਹ ਬਿਆਨ ਕਰਦੇ ਹੈ, ਸਾਧ ਪ੍ਰਭ ਭੇਦ ਨ ਪਾਈ, ਕਹਿੰਦੇ ਜਗਿਆਸੀ ਉਹ ਸੰਤ ਤੇ ਪਰਮਾਤਮਾ ਦੇ ਅੰਦਰ ਕੋਈ ਭੇਦ ਹੈ ਨਹੀਂ ਗਾ। ਸਾਧ ਰੂਪ ਆਪਣਾ ਤਨ ਧਾਰਿਆ, ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹੈ ਕਿ ਜਿਹੜਾ ਸੰਤਾਂ ਦਾ ਤਨ ਹੈ ਨਾ, ਇਹ ਪਰਮਾਤਮਾ ਦਾ ਅਵਤਾਰ ਹੈ। ਤਿੰਨ ਤਰ੍ਹਾਂ ਦੇ ਅਵਤਾਰ ਇਸ ਸ੍ਰਿਸ਼ਟੀ ਤੇ ਹੋਇਆ ਕਰਦੇ ਹੈ, ਪੂਰਨ, ਅੰਸ਼ਕ ਤੇ ਨਿੱਤ। ਸੰਤ ਤਾਂ ਤੁਹਾਡੇ ਵਾਸਤੇ ਕਿੰਨਾ ਕੁਛ ਕਰਦੇ ਆ, ਕਿੰਨਾ ਪੁੰਨ ਧਰਮ ਕਰਦੇ ਆ। ਤਾਂ ਦੇਖੋ ਸੰਤ ਹੁਣ ਬੇਅੰਤ ਮੁਨੀ ਜੀ ਸਾਲ ਭਰ ਸਾਰਾ ਸਮਾਨ ਇਕੱਠਾ ਕਰੀ ਜਾਂਦੇ ਆ, ਸਾਲ ਬਾਅਦ ਭਾਵੇਂ ਸੋਠੋ ਹੀ ਇਕੱਠਾ ਕਰਦੇ ਆ, ਪਰ ਸਾਲ ਭਰ ਮਿਹਨਤ ਕਰਦੇ ਇਕੱਠਾ ਕਰਨ ਵਾਸਤੇ। ਤੇ ਸਾਲ ਬਾਅਦ ਸਾਰੇ ਸਾਧੂਆਂ ਨੂੰ ਤੇ ਤੁਹਾਡੀ ਸੰਗਤ ਨੂੰ ਫਿਰ ਛਕਾ ਦਿੰਦੇ ਆ। ਇਹ ਸੰਤਾਂ ਦੇ ਲੱਛਣ ਹੁੰਦੇ ਆ, ਕਿਉਂ ਜਿਹੜਾ ਤੁਸੀਂ ਇੱਕ ਧਨ ਕਮਾਉਂਦੇ ਹੋ ਉਹਨੂੰ ਜੱਫਾ ਪਾ ਲੈਂਦੇ ਹੋ, ਇਹ ਮੇਰੇ ਮੁੰਡੇ ਦੇ ਕੰਮ ਆਊ, ਇਹ ਮੇਰੇ ਕੁੜੀ ਦੇ ਵਿਆਹ ਦੇ ਮੇਰੇ ਕੰਮ ਆਊ, ਇਹ ਮੇਰੇ ਦੋਹਤੇ ਦੇ ਕੰਮ ਆਊ, ਕੁੜੀ ਆਈਲੈਟਸ ਕਰੀ ਜਾਂਦੇ ਬਾਹਰ ਭੇਜਣੀ ਆ ਉਹਦੇ ਕੰਮ ਆਊ। ਤੇ ਸੰਤ ਥੋਤੋਂ ਲੈ ਕੇ ਤੁਹਾਨੂੰ ਫਿਰ ਕਵਾ ਦਿੰਦੇ ਆ। ਇਹ ਪਰਸਵਾਰਥ ਕਰਦੇ ਆ, ਪਰਸਵਾਰਥ ਕਰਨ ਕਰਕੇ ਹੀ ਇਹਨਾਂ ਨੂੰ ਸੰਤ ਕਿਹਾ ਜਾਂਦਾ ਹੈ। ਇਹਨਾਂ ਦੀ ਮਨ ਨੂੰ ਸ਼ਾਂਤੀ ਰਹਿੰਦੀ ਹੈ, ਜਿੰਨਾ ਧਨ ਜ਼ਿਆਦਾ ਖਰਚ ਦਿੰਦੇ ਆ ਉਨਾ ਹੀ ਭਗਵਾਨ ਇਹਨਾਂ ਨੂੰ ਹੋਰ ਦੇ ਦਿੰਦਾ, ਕਿਉਂਕਿ ਇਹਨਾਂ ਦਾ ਜਿਹੜਾ ਸਿਸਟਮ ਹੈ ਤੁਹਾਡੇ ਨਾਲੋਂ ਵੱਖਰਾ ਹੈ। ਤੁਹਾਡਾ ਸਿਸਟਮ ਇਹ ਹੈ ਜੇ ਸੰਤ ਗਜੇ ਨੂੰ ਵੀ ਜਾਂਦੇ ਆ ਨਾ, ਅੱਧਾ ਗਲਾਸ ਦੁੱਧ ਤਾਂ ਪਾਉਣਾ ਨੀ, ਕਈਆਂ ਦਾ ਤਾਂ ਚੌਥਾ ਹਿੱਸਾ ਹੀ ਹੁੰਦਾ ਕਿ ਅਸੀਂ ਗਜੇ ਨੂੰ ਜਾਂਦੇ ਹਾਂ ਸਾਨੂੰ ਪਤਾ ਹੁੰਦਾ। ਉਹ ਸਾਰੇ ਕੱਟਿਆਂ ਤੋਂ ਵੀ ਬੱਛਿਆਂ ਤੋਂ ਵੀ ਚੁਹਾ ਕੇ ਸੰਤਾਂ ਨੂੰ ਪਾਉਣਾ, ਵੀ ਸੰਤ ਬਿਸ਼ੱਕ ਚੱਲ ਜਾਣ, ਸਾਡੇ ਕੱਟੇ ਬੱਛੇ ਜਿਉਂਦੇ ਰਹਿਣ। ਉਹ ਪਾਉਣਾ ਜਿਹੜਾ ਉਹ ਵੀ ਮਤਲਬ ਐਂ ਨੀ ਵੀ ਦਾਨ ਕਰਤਾ, ਉਹਦੇ ਵੱਟੇ ਵੀ ਬਹੁਤ ਕੁਛ ਲੈਣੇ, ਕਹਿਣ ਦਾ ਭਾਵ। ਪਰ ਸੰਤਾਂ ਦਾ ਜਿਹੜਾ ਸਤਸੰਗ ਹੁੰਦਾ ਹੈ ਉਹ ਸਭ ਤੋਂ ਅਲੱਗ ਹੁੰਦਾ, ਉਹਦੇ ਚੋਂ ਬਹੁਤ ਕੁਛ ਪ੍ਰਾਪਤ ਹੁੰਦਾ ਸਾਨੂੰ। ਪਰ ਜੇ ਸਾਡਾ ਮਨ ਉੱਥੇ ਹੀ ਹੋਵੇ, ਦਿਮਾਗ ਵੀ ਉੱਥੇ ਹੋਵੇ, ਦਿਲ ਵੀ ਉੱਥੇ ਹੋਵੇ, ਕਿਤੇ ਐਂ ਨਾ ਹੋਵੇ ਜਿਵੇਂ ਇੱਕ ਮਾਈ ਨੇ ਸਾਗ ਧਰ ਲਿਆ, ਸਾਗ ਧਰ ਕੇ ਨੂੰਹ ਨੇ ਕਿਤੇ ਥੋੜ੍ਹਾ ਜਿਹਾ ਪਾਣੀ ਪਾਤਾ, ਉਹ ਦੇਖ ਕੇ ਗੁੱਸੇ ਹੋ ਗਈ ਮਾਈ, ਹਰਖ ਨਾਲ ਭਰ ਗਈ, ਕਹਿੰਦੀ ਦੇਖ ਪੀੜਾਂ ਵੱਢੀ ਨੇ ਮੇਰੇ ਸਾਗ ਦਾ ਨਾਂ ਸਮਾਰਤਾ ਪਾ ਕੇ ਪਾਣੀ। ਉਹ ਜਾ ਕੇ ਸਤਸੰਗ ਚ ਬਹਿ ਗਈ, ਬੁੜੀ ਦਾ ਦਿਮਾਗ ਚੋਂ ਗੁੱਸਾ ਸਾਗ ਵਾਲਾ ਉਹੀ ਘੁੰਮੀ ਗਿਆ। ਜਾ ਕੇ ਸਤਸੰਗ ਚ ਬਹਿ ਗਏ, ਸੰਤ ਤਾਂ ਭਜਨ ਗਾਉਂਦੇ ਨੇ, ਕਰਤਾ ਪਾਪ ਦਾ ਨਾਸ ਪੜ ਪੜ ਬਾਣੀ ਪੜ ਪੜ ਬਾਣੀ। ਤੇ ਮਾਈ ਕੀ ਕਹਿੰਦੀ ਹੈ, ਉਹ ਕਰੀ ਜਾਂਦੇ ਕਰਤਾ ਸਾਗ ਦਾ ਨਾਸ ਪਾਪਾ ਪਾਣੀ ਪਾਪਾ ਪਾਣੀ, ਉਹ ਆਪਦਾ ਰਾਗ ਗਾਈ ਜਾਂਦੀ ਹੈ। ਪਰ ਸਾਡਾ ਕਹਿਣ ਦਾ ਭਾਵ ਵੀ ਸੰਤਾਂ ਦੇ ਕੋਲੇ ਜਾਈਏ, ਉਹਨਾਂ ਦੇ ਵਿੱਚ ਹੀ ਦਿਲ ਦਿਮਾਗ ਸਾਡਾ ਉਹਨਾਂ 'ਚ ਰਹੇ, ਫਿਰ ਸਾਡੇ ਕੁਛ ਪੱਲੇ ਪੈਂਦਾ, ਨਹੀਂ ਤਾਂ ਕੁਛ ਹੋਰ ਕਹਿੰਦੇ ਹਾਂ ਅਸੀਂ, ਕੁਛ ਹੋਰ ਸਮਝ ਕੇ ਵਗ ਜਾਂਦੇ ਹਾਂ, ਫਿਰ ਉਹ ਸਾਡਾ ਕਲਿਆਣ ਕਿਵੇਂ ਹੋਊਗਾ। ਇਹ ਮਹਾਂਪੁਰਸ਼ ਗੁਰਬਾਣੀ ਸਾਨੂੰ ਬਹੁਤ ਕੁਛ ਦੱਸਦੀ ਹੈ। ਕਈ ਬੰਦੇ ਇੱਥੇ ਵਿਤਕਰਿਆਂ 'ਚ ਬਣ ਜਾਂਦੇ, ਤੁਹਾਨੂੰ ਇਹ ਵੀ ਦੱਸਦਾ ਆਪਣੇ ਗੁਰਬਾਣੀ ਦੇ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਦੋਂ ਸੰਸਾਰ ਦੇ ਵਿੱਚ ਇਕੱਲੀ ਧਰਤੀ ਸੀ, ਧਰਤੀ ਵੀ ਹੈ ਨਹੀਂ ਸੀ, ਪਾਣੀ ਸੀ, ਉਸ ਟਾਈਮ ਗੁਰੂ ਸਾਹਿਬ ਨੇ ਉਸ ਨੂੰ ਵੀ ਏਕਾ ਮਾਈ ਦੱਸਿਆ, ਭਗਵਾਨ ਨੂੰ ਵੀ, ਵਾਹਿਗੁਰੂ ਨੂੰ ਵੀ। ਤੇ ਉਹ ਕਹਿੰਦੇ
ਉਹਦੇ ਦਿਮਾਗ 'ਚ ਆਈ ਗੱਲ ਵੀ ਮੈਂ ਇੱਥੇ ਸੰਸਾਰ ਬਣਾਵਾਂ, ਫਿਰ ਮੈਂ ਇਹਨਾਂ ਦੀ ਲੀਲਾ ਵੇਖੂੰਗਾ, ਤਮਾਸ਼ਾ ਵੇਖੂੰਗਾ। ਉਹਨੇ ਭਗਵਾਨ ਨੇ ਧਰਤੀ ਦੀ ਇੱਕ ਮੁੱਠੀ ਬਣਾ ਕੇ ਪੈਦਾ ਕਰਕੇ ਉੱਤੇ ਰੱਖਤਾ, ਸ਼ੇਸ਼ਨਾਗ ਨੂੰ ਬੁਲਾ ਲਿਆ, ਕਹਿੰਦਾ ਵੀ ਕੁੰਡਲ ਮਾਰ ਇਹਦੇ ਆਲੇ ਦੁਆਲੇ ਖੜ ਨਾ ਜਾਵੇ, ਕਿ ਉਦੋਂ ਨਾ ਤਾਂ ਪੱਠਾ ਸੀ ਵੀ ਲਿਆ ਕੇ ਇੱਟਾਂ ਚਿਣ ਦਿੰਦੇ, ਨਾ ਵੱਟੇ ਸੀ ਵੀ ਪਹਾੜ ਤੋਂ ਲਿਆ ਕੇ ਚਿਣ ਦਿੰਦੇ। ਸ਼ੇਸ਼ਨਾਗ ਹਜ਼ਾਰ ਮੂੰਹ ਵਾਲਾ ਪੈਦਾ ਕਰਿਆ, ਉਹਦਾ ਕੁੰਡਲ ਮਰਵਾਤਾ ਆਲੇ ਦੁਆਲੇ। ਫਿਰ ਉਹਨੇ ਸੋਚਿਆ ਜੀ ਮੈਂ ਆਪ ਹੀ ਸਾਰੇ ਕੰਮ ਕਰੀ ਗਿਆ ਤਾਂ ਸ੍ਰਿਸ਼ਟੀ ਦਾ ਤਮਾਸ਼ਾ ਮੈਂ ਕੀ ਵੇਖੂ, ਮੇਰਾ ਤਮਾਸ਼ਾ ਬਣ ਜੂ। ਉਹਨੇ ਫਿਰ ਸ੍ਰਿਸ਼ਟੀ ਰਚਣ ਵਾਸਤੇ ਹੋਰ ਬੰਦੇ ਪੈਦਾ ਕਰੇ, ਜੋਡੀਆਂ ਵਾਲੇ, ਬ੍ਰਹਮਾ, ਵਿਸ਼ਨੂੰ, ਸ਼ੰਕਰ, ਏਕਾ ਮਾਈ, ਜੁਗਤ ਵਿਆਈ, ਤਿੰਨ ਚੇਲੇ ਪਰਵਾਹ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਮਾਨ। ਸ਼੍ਰੀ ਮਾਨ 108 ਸੰਤ ਬਾਬਾ ਕਰਤਾਰਦਾਸ ਜੀ ਮਹਾਰਾਜ ਜੀਆਂ ਦੀ ਵਾਰਸ਼ਿਕ ਪੁੰਨਿਆ ਤਿਥੀ ਨੂੰ ਮੁੱਖ ਰੱਖਦੇ ਹੋਏ ਬਹੁਤ ਵੱਡੇ ਇਕੱਠ ਦੇ ਰੂਪ ਵਿੱਚ ਔਰ ਪੂਰੇ ਹਲਕੇ ਦੇ, ਪੂਰੇ ਪੰਜਾਬ ਦੇ ਦੂਰ ਦਰੇਡੇ ਤੋਂ ਪਹੁੰਚੇ ਹੋਏ ਸ਼ੰਤਾਂ ਮਹੰਤਾਂ ਦੇ ਰੂਪ ਵਿੱਚ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਰਹੇ ਹਾਂ। ਇਹ ਇੱਕ ਨਗਰ ਦੇ ਚੰਗੇ ਸਮੇਂ ਨੂੰ ਪ੍ਰਤੀਕ ਕਰਦਾ ਹੁੰਦਾ ਇਹੋ ਜਿਹਾ ਸਮਾਂ ਹੁੰਦਾ ਜਿਹੜਾ ਸਤਿਗੁਰਾਂ ਦਾ ਬਚਨ ਜੈ ਘਰ ਸਾਧਨ ਸੇਵੀ ਹੈ ਹਰ ਕੀ ਪੂਜਾ ਨਾਹੀਂ ਤੈ ਘਰ ਮਰਹਟ ਸਾਰਖੇ ਭੂਤ ਬਸੈਂ ਤਿੰਨ ਮਾਹੀ। ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਕਹਿੰਦੇ ਜਿਸ ਘਰ ਦੇ ਵਿੱਚ, ਜਿਸ ਨਗਰ ਦੇ ਵਿੱਚ ਸਾਧੂ ਦੀ ਸੇਵਾ ਪੂਜਾ ਨਹੀਂ ਹੁੰਦੀ ਨਾ, ਉੱਥੇ ਮਤ ਦੀ ਘਾਟ ਰਹਿ ਜਾਂਦੀ ਆ। ਜੇ ਮਤ ਮਿਲਦੀ ਆ, ਸਤ ਦੀ ਮਤ ਮਿਲਦੀ ਆ, ਧਰਮ ਦੀ ਮਤ ਮਿਲਦੀ ਆ, ਉਹ ਕੇਵਲ ਤੇ ਕੇਵਲ ਕਿਸੇ ਨਾਮ ਜਪਣ ਵਾਲੇ ਕੋਲੋਂ ਮਿਲਦੀ ਆ। ਜੈਸੀ ਮਤ ਦੇ ਤੈਸਾ ਪ੍ਰਕਾਸ਼, ਨਾਨਕ ਕਰਤਾ ਪ੍ਰਭ ਅਵਿਨਾਸ਼। ਰੂਪ ਨਾ ਰੇਖ ਨਾ ਰੰਗ ਕਿਸ ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸ ਹੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਇਹ ਰੂਪ ਰੇਖ ਰੰਗ ਕਾਰ ਓਂਕਾਰ ਦੀ ਘੁੰਡੀ ਦਾ ਇੱਕ ਚਿੰਨ੍ਹ ਆ, ਜਿਹੜੀ ਓਂਕਾਰ ਦੀ ਘੁੰਡੀ ਆ ਉਹ ਘੁੰਡੀ ਦੀ ਪਹਿਲੀ ਘੁੰਡੀ ਆ, ਜਿਹੜੀ ਉਹ ਬ੍ਰਹਮ ਤੱਤਵ ਦੀ ਘੁੰਡੀ ਆ, ਉਹਦੇ ਵਿੱਚੋਂ ਪੂਰਾ ਵਿਸ਼ਵ ਨਿਕਲਿਆ ਹੋਇਆ, ਉਹਨੂੰ ਕਹਿੰਦੇ ਨੇ ਇੱਕ ਸੰਸਾਰੀ। ਉਹਦੀ ਦੂਸਰੀ ਘੁੰਡੀ ਦੇ ਵਿੱਚੋਂ ਆਪ ਸਾਰਿਆਂ ਦਾ ਸਫ਼ਰ ਹੋ ਰਿਹਾ, ਉਹਦੀ ਦੂਸਰੀ ਘੁੰਡੀ ਦੇ ਵਿੱਚ ਭਗਵਾਨ ਵਿਸ਼ਨੂੰ ਜੀ ਬੈਠੇ ਨੇ, ਜਿਨ੍ਹਾਂ ਨੇ ਸਾਨੂੰ ਪਦਾਰਥਾਂ ਦੀ ਵਰਸਾ ਕੀਤੀ ਹੋਈ ਆ, ਭੈਣ ਭਰਾਵਾਂ ਦੇ ਰੂਪ ਵਿੱਚ, ਦੋਸਤਾਂ ਮਿੱਤਰਾਂ ਦੇ ਰੂਪ ਵਿੱਚ, ਜ਼ਮੀਨ ਜਾਇਦਾਦਾਂ ਦੇ ਰੂਪ ਵਿੱਚ, ਬਾਲ ਬੱਚਿਆਂ ਦੇ ਰੂਪ ਵਿੱਚ, ਔਰ ਪ੍ਰੋਪਰਟੀਆਂ ਦੇ ਰੂਪ ਵਿੱਚ, ਮਾਤਾ ਔਰ ਪਿਤਾ ਦੇ ਰੂਪ ਵਿੱਚ, ਉੱਥੇ ਭਗਵਾਨ ਵਿਸ਼ਨੂੰ ਜੀ ਬੈਠੇ ਨੇ ਦੂਸਰੀ ਘੁੰਡੀ ਦੇ ਵਿੱਚ। ਉਹਨੂੰ ਕਹਿੰਦੇ ਨੇ ਇੱਕ ਭੰਡਾਰੀ। ਜਿਹੜੀ ਤੀਸਰੀ ਘੁੰਡੀ ਆ ਉਹ ਖੁੱਲੀ ਆ,
ਉਹਦੇ ਵਿੱਚ ਭਗਵਾਨ ਸ਼ੰਕਰ ਬੈਠੇ ਨੇ, ਜਿਨ੍ਹਾਂ ਦੇ ਗਲ ਦੇ ਵਿੱਚ ਨਾਗਾਂ ਦੀ ਮਾਲਾ ਪਾਈ ਵੀ ਆ। ਉਹ ਇੱਕ ਮਹਾਂਕਾਲ ਮਹਾਂਕਾਲ ਰਖਵਾਰ ਹਮਾਰੋ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਰਾਜ। ਉਹਦੇ ਵਿੱਚ ਦੀ ਸਾਡਾ ਸਵਾਸ ਜਾ ਰਿਹਾ, ਜੀਵਨ ਐਂਡ ਹੋ ਰਿਹਾ, ਸਫ਼ਰ ਦੀ ਸਮਾਪਤੀ ਹੋ ਰਹੀ ਆ। ਜਿਹੜਾ ਓਂਕਾਰ ਸ਼ਬਦ ਆ ਇਹ ਹਰ ਸੈਕਿੰਡ ਬਦਲਣ ਵਾਲਾ ਤੱਤ ਆ। ਸਤਿਗੁਰਾਂ ਨੇ ਏਕਾ ਪੱਖ ਲਾਇਆ ਹੋਇਆ, ਉਹ ਏਕਾ ਉਹ ਤੱਤਵ ਆ ਜਿਹੜਾ ਕਦੇ ਵੀ ਨਾ ਬਦਲਣ ਵਾਲਾ ਤੱਤ ਹੈ, ਅਖੰਡ ਤੱਤਵ ਹੈ। ਉਹ ਕਦੇ ਹੋ ਕੇ ਦੁਬਾਰਾ ਹੋਣ ਵਾਲਾ ਤੱਤ ਨਹੀਂ ਹੈ, ਉਹ ਸਦਾ ਹੀ ਅਖੰਡ ਤੱਤਵ ਹੈ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਹੁਕਮਨਾਮਾ ਸਾਹਿਬ ਵੀ ਲਏ ਗਏ। ਉਪਰੰਤ ਸਾਡੇ ਰਿਪੋਰਟਰ ਗੌਰਵ ਗਕਸ਼ੇਪਰ ਨਾਲ ਗੱਲਬਾਤ ਕਰਦਿਆਂ ਆਏ ਮਹਾਂਪੁਰਸ਼ਾਂ ਦਾ, ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਵਾਹਿਗੁਰੂ 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 ਵਾਹਿਗੁਰੂ।
ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ। ਸੋ ਅੱਜ ਡੇਰਾ ਬਾਬਾ ਗਿਆਨ ਦਾਸ ਜੀ ਪਿੰਡ ਗੋਬਿੰਦਗੜ੍ਹ ਜ਼ਿਲ੍ਹਾ ਲੁਧਿਆਣਾ ਵਿਖੇ ਸਾਡੇ ਸਮੂਹ ਉਦਾਸੀਨ ਭੇਖ ਸੰਤ ਸਮਾਜ ਦਾ ਇਕੱਠ ਡੇਰਾ ਬਾਬਾ ਗਿਆਨ ਦਾਸ ਜੀ ਵਿਖੇ ਹੋਇਆ, ਜੋ ਕਿ ਹਰ ਸਾਲ ਦੀ ਤਰ੍ਹਾਂ ਪਰਮ ਤਪਸਵੀ ਪਰਮ ਪੂਜਨੀ ਬਾਬਾ ਕਰਤਾਰ ਦਾਸ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਏ ਅਤੇ ਜੋ ਆਚਾਰੀਆ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੀ ਪਿਛਲੇ ਕਈ ਸਾਲਾਂ ਤੋਂ ਮੂਰਤੀ ਸਥਾਪਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਦਿਨ ਜੋ ਪਿਛਲੇ ਪਰਸੋਂ ਦੇ ਦਿਨ ਤੋਂ ਲੈ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ। ਸੋ ਅੰਮ੍ਰਿਤ ਵੇਲੇ ਨਿਰਵਿਘਨਤਾ ਸਹਿਤ ਭੋਗ ਪਾਏ ਗਏ ਨੇ। ਸਾਡੇ ਇੱਥੋਂ ਦੇ ਗੱਦੀ ਨਿਸ਼ੀਨ ਮਹੰਤ ਬੇਅੰਤ ਮੁਨੀ ਜੀ, ਜੋ ਸਾਡੇ ਉਦਾਸੀਨ ਭੇਖ ਮਹਾਂਮੰਡਲ ਦੇ ਬੜੇ ਸਿਆਣੇ ਸਮਝਦਾਰ ਮੈਂਬਰ ਨੇ, ਉਹਨਾਂ ਦੀ ਦੇਖ ਰੇਖ ਹੇਠ ਅੱਜ ਦਾ ਇਹ ਸਮਾਗਮ ਸਾਡੇ ਗੋਬਿੰਦਗੜ੍ਹ ਦੇ ਇਲਾਕੇ ਦੀਆਂ ਸੰਗਤਾਂ ਅਤੇ ਉਦਾਸੀਨ ਭੇਖ ਨਿਰਮਲ ਭੇਖ ਉਦਾਸੀਨ ਪੰਚਾਇਤੀ ਨਿਆਂ ਅਖਾੜਾ ਬੜਾ ਅਖਾੜਾ ਦੇ ਖੱਟ ਦਰਸ਼ਨ ਸਾਧੂ ਸਮਾਜ ਇੱਥੇ ਇਕੱਠਾ ਹੋਇਆ ਔਰ ਵਿਦਵਾਨਾਂ ਮਹਾਂਪੁਰਸ਼ਾਂ ਵੱਲੋਂ ਆਪਣੇ ਮੁਖਾਰਬਿੰਦ ਰਾਹੀਂ ਸੰਗਤ ਨੂੰ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਨਾਮ ਨਾਲ ਜੋੜਿਆ। ਸੋ ਉਦਾਸੀਨ ਸੰਪਰਦਾਇ ਦਾ ਅਸਥਾਨ ਮਹਾਂਪੁਰਸ਼ ਨਿਰਵਾਣ ਕਿਤੇ ਵੀ ਬੈਠਾ, ਉਹਨਾਂ ਦਾ ਜੋ ਸਾਨੂੰ ਭਗਵਾਨ ਸ੍ਰੀ ਚੰਦ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਹੈ, ਚੇਤੋ ਨਾਗਰੀ ਤਾਰੋ ਗਾਮ ਅਲਖ ਪੁਰਖਾ ਸਿਮਰੋ ਨਾਮ, ਬਾਬਾ ਸ਼੍ਰੀ ਚੰਦਰ ਭਗਵਾਨ ਦੇ ਇਸ ਉਪਦੇਸ਼ ਨੂੰ ਪੂਰਨ ਕਰਦਿਆਂ ਹੋਏ ਸੰਗਤ ਨੂੰ ਉਸ ਪਰਮਾਤਮਾ ਨਾਮ ਨਾਲ ਜੋੜਨਾ ਔਰ ਨਸ਼ਿਆਂ ਵਰਗੀ ਭਿਆਨਕ ਬਿਮਾਰੀ ਤੋਂ ਦੂਰ ਕਰਕੇ ਆਪਣੇ ਮਾਂ ਬਾਪ ਵੱਡਿਆਂ ਦਾ ਸਤਿਕਾਰ ਕਰਨਾ ਹੈ, ਇਹਨਾਂ ਸਥਾਨਾਂ 'ਤੇ ਇਹੀ ਜੋ ਸੇਧ ਦਿੱਤੀ ਜਾਂਦੀ ਹੈ ਨੌਜਵਾਨ ਪੀੜ੍ਹੀ ਨੂੰ। ਸੋ ਅੱਜ ਦੇ ਦਿਨ ਜੋ ਸਾਡੇ ਮਹੰਤ ਬੇਅੰਤ ਮੁਨੀ ਜੀ ਮਹਾਰਾਜ ਦੀ ਅਧਿਅਕਸ਼ਤਾ 'ਚ ਉਹਨਾਂ ਦੀ ਦੇਖ ਰੇਖ 'ਚ ਸਮਾਗਮ ਹੋਇਆ, ਸੋ ਅਸੀਂ ਆਪ ਚੈਨਲ ਦੇ ਮਾਧਿਅਮ ਰਾਹੀਂ ਆਪ ਸੰਗਤ ਨੂੰ ਇਹੀ ਕਹਾਂਗੇ ਕਿ ਬਾਬਾ ਸ਼੍ਰੀ ਚੰਦਰ ਭਗਵਾਨ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨਾਲ ਜੁੜੋ ਅਤੇ ਆਪਣੇ ਮਾਂ ਬਾਪ ਵੱਡਿਆਂ ਦੀ ਸੇਵਾ ਕਰੋ ਤਾਂ ਕਿ ਇਸ ਅਸੀਂ ਸਾਡੇ ਹੱਸਦੇ ਵੱਸਦੇ ਪੰਜਾਬ ਨੂੰ ਇਸੇ ਤਰ੍ਹਾਂ ਹੀ ਰੰਗਲਾ ਪੰਜਾਬ ਬਣਾਈਏ। ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ। ਬੋਲ ਜਗਤ ਗੁਰੂ ਬਾਬਾ ਸ੍ਰੀ ਚੰਦਰ ਮਹਾਰਾਜ ਕੀ। ਅੱਜ ਸਾਡੇ ਉਦਾਸੀਨ ਭੇਖ ਭਗਵਾਨ ਮਹਾਂਮੰਡਲ ਪੰਜਾਬ ਦੇ ਅੰਤਰ ਕਮੇਟੀ ਦੇ ਮੈਂਬਰ ਮਹੰਤ ਮੇਰੇ ਛੋਟੇ ਵੀਰ ਸਾਡੇ ਬੱਚਿਆਂ ਸਮਾਨ ਹੈ ਬੇਅੰਤ ਮੁਨੀ ਜੀ ਦੀ ਪੂਜਨੀ ਗੁਰੂ ਦੇਵ ਜੀ ਦੀ ਸਾਲਾਨਾ ਪਹਿਲੀ ਬਰਸੀ, ਉਹਨਾਂ ਦੇ ਦਾਦਾ ਗੁਰੂ ਬਾਬਾ ਕਰਤਾਰ ਦਾਸ ਜੀ ਦੀ ਸਾਲਾਨਾ ਬਰਸੀ, ਨਾਲ ਨਾਲ ਜਗਤ ਗੁਰੂ ਬਾਬਾ ਸ੍ਰੀ ਚੰਦਰ ਜੀ ਦੇ ਮੂਰਤੀ ਸਥਾਪਨ ਦਿਵਸ ਜੋ ਮੱਘਰ ਸੁਦੀ ਤੀਜ ਨੂੰ ਕੀਤਾ ਗਿਆ ਸੀ ਉਸ ਨੂੰ ਮਨਾਉਂਦਿਆਂ ਹੋਇਆਂ ਸਮੂਹ ਭੇਖ ਭਗਵਾਨ ਦਾ ਇਕੱਤਰ ਕੀਤਾ। ਇੱਥੇ ਆਈਆਂ ਹੋਈਆਂ ਸੰਗਤਾਂ ਦੇ ਲਈ ਮਹਾਂਪੁਰਸ਼ਾਂ ਲਈ ਭੰਡਾਰੇ ਦਾ ਆਯੋਜਨ ਕੀਤਾ। ਵਿਸ਼ੇਸ਼ ਤੌਰ 'ਤੇ ਸਾਡੇ ਵਿੱਚ ਸਾਡੇ ਉਦਾਸੀਨ ਭੇਖ ਭਗਵਾਨ ਮਹਾਂਮੰਡਲ ਦੇ ਪ੍ਰਧਾਨ ਸਾਹਿਬਾਨ ਮਹੰਤ ਅੰਮ੍ਰਿਤ ਮੁਨੀ ਜੀ ਮਾਨਸਾ, ਸਾਡੇ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਮਹੰਤ ਵਿਵੇਕਾਨੰਦ ਜੀ ਜੱਸੀ ਪੌਵਾਲੀ, ਸਾਡੇ ਬਹੁਤ ਹੀ ਸਤਿਕਾਰਯੋਗ ਮਹੰਤ ਸ੍ਰੀ ਮਾਨਿਕ ਸਵੱਠ ਰਮੇਸ਼ਵਰ ਮੁਨੀ ਜੀ ਵਧਾਤੇ, ਮਹੰਤ ਨਿਰਮਲ ਦਾਸ ਜੀ ਲੋਪੋ ਜੋ ਸਾਡੀ ਅੰਤਰੰਗ ਕਮੇਟੀ ਦੇ ਮੈਂਬਰ ਨੇ, ਮਹੰਤ ਉਦੇਕਰਨ ਜੀ
ਸੋਸ਼ਲ ਮੀਡੀਆ ਇੰਚਾਰਜ ਅਤੇ ਹੋਰ ਸਾਡੇ ਬਹੁਤ ਹੀ ਸੇਵਾ ਦੇ ਪੁੰਜ ਮਹੰਤ ਗੰਗਾ ਰਾਮ ਜੀ ਜੋ ਸਾਡੇ ਮੰਡਲ ਦੇ ਨਾਲ ਨੇ, ਇਹਨਾਂ ਸਾਰੇ ਮਹਾਂਪੁਰਸ਼ਾਂ ਦਾ ਮੈਂ ਆਪਣੇ ਵੱਲੋਂ ਮਹੰਤ ਬੇਅੰਤ ਮੁਨੀ ਵੱਲੋਂ ਔਰ ਸਮੂਹ ਡੇਰੇ ਦੇ ਸੇਵਾਦਾਰਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਪ੍ਰਧਾਨ ਜੀ ਨੂੰ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਹਿਣਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਨਿਮਾਣੇ ਸੱਦੇ 'ਤੇ ਇੱਥੇ ਪਹੁੰਚ ਕੇ ਸਾਨੂੰ ਕਿਰਤਾਰਥ ਕੀਤਾ, ਦਰਸ਼ਨ ਦਿੱਤੇ। ਬੋਲ ਜਗਤ ਗੁਰੂ ਆਵਾ ਸ੍ਰੀ ਚੰਦਰ ਮਹਾਰਾਜ ਕੀ ਜੈ। ਬੋਲ ਸੱਚੇ ਦਰਬਾਰ ਕੀ ਜੈ। ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ। ਪਰਮ ਸਤਿਕਾਰ ਜੋ ਗੁਰੂ ਗੁਰੂ ਸਾਹਿਬ ਸੰਗਤ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਪਿੰਡ ਗੋਬਿੰਦਗੜ੍ਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਡੇਰਾ ਬਾਬਾ ਗਿਆਨ ਦਾਸ ਜੀ ਔਰ ਉਹਨਾਂ ਦੀ ਸਾਲਾਨਾ ਬਰਸੀ ਦੇ ਨਿਮਿੱਤ ਔਰ ਉਹਨਾਂ ਦੇ ਗੁਰੂ ਮਹਾਰਾਜ ਸਿੱਧ ਬਾਬਾ ਕਰਤਾਰ ਦਾਸ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਜੋ ਸਾਲਾਨਾ ਬਰਸੀ ਮਨਾਈ ਗਈ ਆ, ਉਹਨਾਂ ਦੇ ਸ਼ਿਸ਼ ਸ੍ਰੀ ਮਾਨ 108 ਮਹੰਤ ਬੇਅੰਤ ਮੁਨੀ ਜੀ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖੱਟ ਦਰਸ਼ਨ ਨੂੰ ਇਕੱਤਰ ਕਰਕੇ ਜਿਸ ਦੇ ਵਿੱਚ ਸਾਡੇ ਪੰਜਾਬ ਮੰਡਲ ਦੇ ਬਹੁਤ ਹੀ ਆਦਰਣੀ ਮਹੰਤ ਅੰਮ੍ਰਿਤ ਮੁਨੀ ਜੀ ਮਾਨਸਾ ਔਰ ਮਹੰਤ ਕਰਨਦਾਸ ਜੀ ਜੰਗੀਆਣਾ, ਮਹੰਤ ਨਿਰਮਲਦਾਸ ਜੀ ਔਰ ਸਾਡੇ ਸਤਿਕਾਰਯੋਗ ਮਹੰਤ ਉਦੇ ਕਰਨਦਾਸ ਜੀ ਸਹਿਦੋਕੇ ਤੋਂ, ਅਤੇ ਹੋਰ ਵੀ ਮਹੰਤ ਗੰਗਾਦਾਸ ਜੀ ਗੁਰੂ ਕੋਠਾ ਔਰ ਮਹੰਤ ਦਰਬਾਰੀ ਦਾਸ ਜੀ ਔਰ ਸ੍ਰੀ ਮਾਨਕ ਸੁੱਟ ਮਹੰਤ ਵਿਵੇਕਾਨੰਦ ਜੀ ਜੱਸੀ ਪਾਉ ਵਾਲੇ, ਸੋ ਸਾਰੇ ਸਮੂਹ ਸੰਗਤਾਂ ਦਾ ਔਰ ਸਾਰੇ ਸ੍ਰੀ ਮਹਾਤਮਾ ਦਾ ਸ੍ਰੀ ਚਰਨਾਂ ਦੇ ਵਿੱਚ ਕੋਟੀ ਕੋਟੀ ਵਾਰ ਮੈਂ ਨਮਨ ਕਰਦਾ ਹਾਂ। ਸੋ ਇਸ ਅਸ਼ਮੇਧ ਯੱਗ ਦੇ ਵਿੱਚ ਜਿੰਨੇ ਵੀ ਸੰਤ ਮਹੰਤ ਨਾਗਾ ਨਿਰਵਾਣ ਇਕੱਤਰ ਹੋਏ ਆ, ਇਕੱਠੇ ਹੋਏ ਆ, ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈ ਸ੍ਰੀ ਮਹੰਤਾਂ ਦੀ ਤਰਫੋਂ, ਸ੍ਰੀਮਾਨ 108 ਮਹੰਤ ਬੇਅੰਤ ਮੁਨੀ ਜੀ ਦੀ ਤਰਫੋਂ, ਸਭ ਦੇ ਸ੍ਰੀ ਚਰਨ ਕਮਲਾਂ ਦੇ ਵਿੱਚ ਕੋਟੀ ਕੋਟੀ ਵਾਰ ਨਮਨ। ਸੋ ਇੰਨਾ ਕੁਛ ਕਹਿੰਦੇ ਹੋਏ ਸ਼ਮਾਂ ਦੇ ਜਾਚਕਾਂ ਅੱਗੇ ਦਾ ਪ੍ਰੋਗਰਾਮ ਸਾਡੇ ਪੂਜਨੀਕ ਮਹੰਤ ਨਿਰਮਲਦਾਸ ਜੀ ਲੋਪੋ ਵਾਲੇ ਸੋ ਸੰਗਤ ਨੂੰ ਸੰਬੋਧਨ ਕਰਨਗੇ। ਬੋਲ ਸੱਚੇ ਦਰਬਾਰ ਕੀ। ਜਗਤ ਗੁਰੂ ਸ੍ਰੀ ਚੰਦਰ ਮਹਾਰਾਜ ਕੀ ਜੈ। ਸਿੱਧ ਮਹਾਂਪੁਰਸ਼ੋਂ ਕੀ ਜੈ। ਅੱਜ ਪਿੰਡ ਗੋਬਿੰਦਗੜ੍ਹ ਵਿਖੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਗਿਆਨ ਦਾਸ ਜੀ, ਜੋ ਉਹਨਾਂ ਦੀ ਪਹਿਲੀ ਵਰਸੀ ਨੂੰ ਸਮਰਪਿਤ ਔਰ ਭਗਵਾਨ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਸਥਾਪਨਾ ਦੇ ਸਮਰਪਿਤ ਔਰ ਬਾਬਾ ਕਰਤਾਰ ਦਾਸ ਜੀ ਦੇ ਸਮਰਪਿਤ, ਅੱਜ ਸਾਡੇ ਬਹੁਤ ਹੀ ਪਿਆਰੇ ਛੋਟੇ ਵੀਰ ਗੁਰਭਾਈ ਮਹੰਤ ਬੇਅੰਤ ਮੁਨੀ ਜੀ, ਜਿਨ੍ਹਾਂ ਦੀ ਰਹਿਨਮਾਈ ਹੇਠ ਆਏ ਗਏ ਮਹਾਂਪੁਰਸ਼ਾਂ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ, ਜਿਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅੰਮ੍ਰਿਤ ਮੁਨੀ ਜੀ ਮਹਾਰਾਜ, ਜੋ ਕਿ ਮੰਡਲ ਦੇ ਪ੍ਰਧਾਨ ਨੇ, ਸਾਰੀ ਟੀਮ ਜੋ ਕਿ ਬਾਬਾ ਸ਼੍ਰੀ ਚੰਦ ਜੀ ਦੀ ਨਾਮ ਲੇਵਾ ਸੇਵਾ ਦੇ ਵਿੱਚ ਤਤਪਰ ਖੜ੍ਹੇ ਰਹਿੰਦੇ ਆ, ਉਹ ਸਾਰਾ ਹੀ ਮੰਡਲ ਆ ਕੇ ਇੱਥੇ ਸਾਰਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ, ਅਤੇ ਇਹਨਾਂ ਦਾ ਮੰਡਲ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਛੋਟੇ ਗੁਰੂ ਭਾਈ ਦਾ ਆ ਕੇ ਮਾਣ ਔਰ ਰੁਤਬਾ ਵਧਾਇਆ, ਅਤੇ ਬਹੁਤ ਬਹੁਤ ਮਹਾਂਪੁਰਸ਼ਾਂ ਦਾ ਸਤਿਸੰਗ ਜੀ ਦਾ ਬਹੁਤ ਬਹੁਤ ਧੰਨਵਾਦ। ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ। ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਅੱਜ
ਸਾਡੇ ਭਰਾ ਬੇਅੰਤ ਮੁਨੀ ਜੀ ਮਹਾਰਾਜ ਜੀ ਦੇ ਸਥਾਨ 'ਤੇ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ। ਸਾਧੂ ਮਹਾਤਮਾ ਦਾ ਬਹੁਤ ਹੀ ਵੱਡਾ ਇਕੱਠ ਸੀ। ਉਦਾਸੀਨ ਭੇਖ ਮਹਾਂਮੰਡਲ ਪੰਜਾਬ ਦੇ ਪ੍ਰਧਾਨ ਮਹੰਤ ਅੰਮ੍ਰਿਤ ਮੁਨੀ ਜੀ ਉਹਨਾਂ ਦੀ ਅਗਵਾਈ ਹੇਠ ਇਹ ਸਮਾਗਮ ਮਨਾਇਆ ਗਿਆ। ਬੜੇ ਹੀ ਸੁੰਦਰ ਤਰੀਕੇ ਦੇ ਨਾਲ ਸਾਰੇ ਸਮਾਗਮ ਦੀ ਸੰਪੂਰਨਤਾ ਹੋਈ ਹੈ। ਭਗਵਾਨ ਭੇਖ ਦੀ ਪੂਜਾ ਹੋਈ ਹੈ। ਅਸੀਂ ਬੇਅੰਤ ਮੁਨੀ ਜੀ ਨੂੰ ਉਦਾਸੀਨ ਭੇਖ ਮਹਾਂਮੰਡਲ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ। ਇੰਨੇ ਕਹਿੰਦਾ ਹੋਇਆ ਖਿਮਾ 'ਤੇ ਜਾਚਕ ਹਾਂ। ਬੋਲੀ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਬੋਲ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ। ਬਾਬਾ ਬਨਖੰਡੀ ਸਾਹਿਬ ਮਹਾਰਾਜ ਕੀ ਜੈ। ਨਿਰਵਾਣ ਪ੍ਰੀਤਮ ਦਾਸ ਮਹਾਰਾਜ ਕੀ ਜੈ। ਬਾਬਾ ਗਿਆਨ ਦਾਸ ਮਹਾਰਾਜ ਕੀ ਜੈ। ਆਪ ਜੀ ਦੇ ਮਹਾਰਾਜ ਕਿਰਪਾ ਕੀਤੀ ਹੈ। ਮਹਾਰਾਜ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ। ਬਾਬਾ ਗਿਆਨ ਦਾਸ ਡੇਰਾ ਬਾਬਾ ਗਿਆਨ ਦਾਸ ਜੀ ਗੋਬਿੰਦਗੜ੍ਹ ਵਿਖੇ ਅੱਜ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ ਹੈ। ਇਸ ਕਰ ਦੋ ਅਖੰਡ ਪਾਠ ਸਾਹਿਬ ਮਹਾਰਾਜ ਆਰੰਭ ਕੀਤੇ ਗਏ ਸੀ, ਉਹਨਾਂ ਦੇ ਅੱਜ ਸਪੂਰਨਤਾ ਅਨੁਸਾਰ ਭੋਗ ਪਾਏ ਗਏ ਹਨ। ਕਿਰਪਾ ਕੀਤੀ ਹੈ ਮਹਾਰਾਜ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ, ਸਾਰੇ ਸਾਧੂ ਮਹਾਤਮਾ ਨੇ, ਭੇਖ ਭਗਵਾਨ ਨੇ, ਬਹੁਤ ਬਹੁਤ ਦੂਰੋਂ ਦੂਰੋਂ ਆ ਕੇ ਮਹਾਤਮਾ ਲੋਕਾਂ ਨੇ ਦਰਸ਼ਨ ਦਿੱਤੇ ਹਨ ਜੀ। ਸਾਡੀ ਨਗਰੀ ਨੂੰ ਪਵਿੱਤਰ ਕੀਤਾ, ਸਾਡੇ ਡੇਰੇ ਸਾਹਿਬ ਵਿੱਚ ਚਰਨ ਪਾਏ ਹਨ। ਬਹੁਤ ਕਿਰਪਾ, ਸਾਡਾ ਮਨ ਬਹੁਤ ਖੁਸ਼ ਹੋਇਆ ਜੀ ਮਹਾਰਾਜ। ਸਾਰੇ ਮਹਾਤਮਾ ਦੇ ਸੰਗਤਾਂ ਦੇ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਪਹੁੰਚਣ 'ਤੇ ਬਹੁਤ ਕਿਰਪਾ ਕੀਤੀ ਹੈ ਮਹਾਰਾਜ ਬਾਬਾ ਸ਼੍ਰੀ ਚੰਦਰ ਮਹਾਰਾਜ। ਸਾਰੇ ਸੰਤਾਂ ਮਹਾਤਮਾ ਦਾ ਬਹੁਤ ਧੰਨਵਾਦ ਕਰਦੇ ਹਾਂ। ਬੋਲ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ। ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਸ਼੍ਰੀਮਾਨ ਮਹੰਤ ਬੇਅੰਤ ਮੁਨੀ ਜੀ ਅਤੇ ਮਹੰਤ ਅੰਮ੍ਰਿਤ ਮੁਨੀ ਜੀ ਮਾਨਸਾ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦੇ ਹਾਂ। ਆਏ ਮਹਾਂਪੁਰਸ਼ਾਂ ਦਾ, ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ। ਉਦਾਸੀਨ ਆਸ਼ਰਮ ਡੇਰਾ ਬਾਬਾ ਗਿਆਨ ਦਾਸ ਜੀ ਮਹਾਰਾਜ ਪਿੰਡ ਗੋਬਿੰਦਗੜ੍ਹ ਜ਼ਿਲ੍ਹਾ ਲੁਧਿਆਣਾ ਤੋਂ ਗੌਰਵ ਕਸ਼ੇਪਰ ਦੀ ਇਹ ਖਾਸ ਰਿਪੋਰਟ। ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ, ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ, ਤੂੰ ਤਰੇਣ ਸਾਧੂਆਂ ਦੀ, ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ, ਹੋ ਜਾਨੀ ਜਾਨੀ ਜਿੰਦੇ ਤੂੰ ਤਾਂ।
ਸਾਧੂਆਂ ਦੀ ਬਿਣ ਸਾਧੂਆਂ ਦੀ ਜਿੰਦੇ ਤੂੰ ਤਰੇਣ ਸਾਧੂਆਂ ਹੋ ਜਾਰੀ ਜਿੰਦੇ ਤੂੰ ਤਰੇਣ ਸਾਧੂਆਂ ਮਾਘ ਮਜਨ ਸੰਗ ਸਾਧੂਆਂ ਤੂੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਪੁੱਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ
ਮਾਗ ਸੁਚੇ ਸੇ ਕਾਢੀਐ ਮਾਗ ਸੁਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਹੋ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਸਫਲ ਹੋ ਜਾਵੇ ਸਫਲ ਹੋ ਜਾਵੇ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ